ਸਤਿ ਸ੍ਰੀ ਅਕਾਲ ਡਾਕਟਰ ਸਲੋਕਿੰਗ ਡਾਇਟ ਕਲੀਨਿਕ ਤੋਂ ਮੈਂ ਬਹੁਤ ਸ਼ੁਕਰਗੁਜ਼ਾਰ ਹਾਂ ਸਾਰਿਆਂ ਦਾ ਜਿਨ੍ਹਾਂ ਨੇ ਮੈਨੂੰ ਬਹੁਤ ਮਾਨ ਸਨਮਾਨ ਦਿੱਤਾ ਤੇ ਮੈਂ ਕੋਸ਼ਿਸ਼ ਕਰਾਂਗਾ ਕਿ ਸਾਇੰਸ ਨੂੰ ਆਪਣੀ ਪੰਜਾਬੀ ਬੋਲੀ ਦੇ ਵਿੱਚ ਮਾਂ ਬੋਲੀ ਦੇ ਵਿੱਚ ਅچھے ਸ਼ਬਦਾਂ ਵਿੱਚ ਮੈਂ ਪ੍ਰੋ ਕਰਕੇ ਤੁਹਾਨੂੰ ਮੈਂ ਸਮਝਾ ਸਕਾਂ ਤੇ ਮੈਨੂੰ ਕਰੋਨਾ ਡੇਜ਼ ਦੇ ਵਿੱਚ ਅੱਜ ਵੀ ਯਾਦ ਹੈ ਲੋਕੀ ਕਹਿੰਦੇ ਸੀਗੇ ਕਿ ਮੇਰੇ ਗਲੇ 'ਚ ਬਹੁਤ ਕੁਝ ਫਸਦਾ ਇੱਥੇ ਡਾਕਟਰ ਸਾਹਿਬ ਮੇਰੇ ਗਲਾ ਫਸਿਆ ਰਹਿੰਦਾ ਹੈ ਮੈਨੂੰ ਰਾਤੀਂ ਨੀਂਦ ਖੁੱਲ ਜਾਂਦੀ ਹੈ ਤੇ ਇਹੋ ਜਿਹੀ ਗੱਲਾਂ ਹੁੰਦੀਆਂ ਸੀਗਾ ਮੈਂ ਉਸ ਸਮਝਾ ਨਹੀਂ ਪਾਇਆ ਉਹਦਾ ਕਾਰਨ ਕੀ ਸੀ ਤੇ ਕਿਉਂਕਿ ਉਸ ਟਾਈਮ ਡਰ ਦਾ ਮੋਲ ਬਣਿਆ ਆਇਆ ਸੀਗਾ ਉਹਦਾ ਕਾਰਨ ਬੇਸਿਕਲੀ ਕੀ ਸੀਗਾ ਅੜ ਗਲੇ ਚ ਪਰ ਸੁੱਤੇ-ਸੁੱਤੇ ਆਪਣੀ ਨੀਂਦ ਖੁੱਲਦੀ ਆ ਜਾਂ ਗਲੇ ਦੇ ਕੋਈ ਫਸਦਾ ਹੈ ਉਹਦਾ ਕਾਰਨ ਹੈਗਾ ਕਿ ਪੋਸਟ ਨੈਜ਼ਲ ਡ੍ਰਿਪ ਇਹ ਹੁੰਦਾ ਕੀ ਹੈ ਇਹ ਬੇਸਿਕਲੀ ਜੁਕਾਮ ਦਾ ਹੀ ਵੈਰਾਈਟੀ ਹੈ ਤੇ ਜੁਕਾਮ ਦੀਆਂ ਵਿੱਚ ਕਈ ਵੈਰਾਈਟੀਆਂ ਹੁੰਦੀਆਂ ਐ ਇਸ ਤਰ੍ਹਾਂ ਸਾਈਨਸ ਸਾਈਨਸ ਹੈਗੇ ਐ ਮੈਕਸਿਲਰੀ ਸਾਈਨਸ ਇੱਥੇ ਹੁੰਦਾ ਹੈ ਸਾਈਨਸ ਇੱਕ ਫਰੰਟਲ ਹੁੰਦਾ ਹੈ ਇਥਮੋਇਡਲ ਸਪੀਨੋਇਡਲ ਇਹ ਸਾਈਨਸ ਇੱਕ ਸਾਡੇ ਖੱਡੇ ਐ ਸਾਡੇ ਮਤਲਬ ਕੀ ਖੋਪੜੀ ਦੇ ਵਿੱਚ ਸਾਨੂੰ ਹਲਕਾ ਕਰਦੇ ਐ ਹੁਣ ਛੱਡੋ ਆਪਾਂ ਅੱਜ ਕਰਦੇ ਆ ਗੱਲ ਸਿਰਫ ਇਹ ਦੀ ਪੋਸਟ ਨੈਜ਼ਲ ਡ੍ਰਿਪ ਦੀ ਤੇ ਇਹ ਜਿਹੜਾ ਹੁੰਦਾ ਕੀ ਹੈ ਕਿ ਇਹਦੇ ਆਪਣੇ ਜਿਹੜੇ ਨੱਕ ਦੇ ਜਿਹੜੇ ਜਿਹੜੇ ਨੈਜ਼ਲ ਗਲੈਂਡ ਇਹ ਜਿਹੜੇ ਨੀਜ਼ਲ ਗਲੈਂਡ ਨੱਕ ਦੇ ਵਿੱਚ ਉਹ ਜਿਹੜਾ ਨੀਜ਼ਲ ਮਕੋਜ਼ਲ ਮੈਂਬਰੇਨ ਦੇ ਵਿੱਚ ਪਾਏ ਜਾਂਦੇ ਨੇ ਆ ਜਿੰਨੇ ਵੀ ਨੱਕ ਦੇ ਅੰਤਰੀ ਮੈਂਬਰੇਨ ਹੈ ਇਹਦੇ ਵਿੱਚ ਉਹ ਗਲੈਂਡ ਪਾਏ ਜਾਂਦੇ ਨੇ ਉਹ ਕੀ ਕਰਦੇ ਨੇ ਉਹ ਇੱਕ ਲੇਸ ਵਾਂਗੂ ਪ੍ਰੋਡਕਟ ਪੈਦਾ ਕਰਦੇ ਨੇ ਇੱਕ ਲੇਸ ਪੈਦਾ ਕਰਦੇ ਨੇ ਜਿੰਨੂੰ ਅਸੀਂ ਆਪਾਂ ਪੰਜਾਬੀ ਦੇ ਵਿੱਚ ਆਪਾਂ ਪਾਣੀ ਚਿਪਚਿਪਾ ਪਾਣੀ ਕਹਦੇ ਏ ਕਿਸਮ ਦਾ ਹੈਨਾ ਉਹ ਨਿਕਲਦਾ ਹੈ ਉਹ ਸਾਡੇ ਕੰਮ ਕੀ ਕਰਦਾ ਹੈ ਕਿ ਜੋ ਉਸ ਨੱਕ ਦੇ ਵਿੱਚ ਸਾਹ ਲੈਂਦੇ ਹੋਏ ਸਾਡੇ ਸਾਹ ਲੈਂਦੇ ਹੋਏ ਬਹੁਤ ਸਾਰੇ ਬੈਕਟੀਰੀਆ ਵਾਇਰਸ ਸਾਡੇ ਨੱਕ 'ਚ ਵੜਦੇ ਨੇ ਠੀਕ ਹੈ ਸਾਹ ਹਮੇਸ਼ਾ ਨੱਕ ਤੋਂ ਲਓ ਮੂੰਹ ਤੋਂ ਨਾ ਲਓ ਕਿਉਂਕਿ ਮੂੰਹ ਦੇ ਵਿੱਚ ਉਹ ਗਲੈਂਡ ਜਿਆਦਾ ਨਹੀਂ ਨੇ ਨੱਕ ਦੇ ਵਿੱਚ ਨੇ ਉਹ ਨੱਕ ਵਿੱਚ ਸਾਹ ਲੈਂਦੇ ਹੋਏ ਉਹ ਗਲੈਂਡ ਜਿਹੜੇ ਹੈਗੇ ਨੇ ਉਹ ਜਿਹੜੇ ਬੈਕਟੀਰੀਆ ਹੈਗੇ ਨੇ ਉਹ ਗਲੈਂਡ ਦੇ ਜਿਹੜੇ ਨਿਕਲੇ ਹੋਏ ਚਿਪਚਿਪੇ ਪਦਾਰਥਾਂ ਚਿਪਕ ਜਾਂਦੇ ਨੇ ਉਹ ਚਿਪਕਾ ਕੇ ਆਪਣੇ ਆਪ ਨੂੰ ਜਾਂ ਤਾਂ ਉਹ ਬਾਹਰ ਕਰ ਦਿੰਦੇ ਨੇ ਉਹ ਵੈਰੀ ਗੁੱਡ ਹੈ ਅਗਰ ਬਾਹਰ ਨਹੀਂ ਘਟ ਪੰਦੇ ਤੇ ਉਹ ਅੰਦਰ ਲੈ ਜਾਂਦੇ ਨੇ ਪੇਟ ਦੇ ਵਿੱਚ ਸਟਮਕ ਦੇ ਵਿੱਚ ਜਾ ਕੇ ਸਾੜਨ ਵਾਸਤੇ ਸਟਮਕ ਦੇ ਪਤਝਾਰ ਦੇ ਨਾਲ ਸਾੜ ਜਾਂਦੇ ਨੇ ਕਈ ਵਾਰੀ ਕੀ ਹੁੰਦਾ ਹੈ ਕਿ ਉਹ ਜਿਹੜਾ ਸੈਕ੍ਰੀਸ਼ਨ ਹੈਗੀ ਹੈ ਜਿਹੜਾ ਉਹ ਹਸਾਬ ਹੈਗਾ ਨੱਕ ਦੇ ਗਲੈਂਡਾਂ ਦਾ ਉਹ ਜਦ ਸਾਹ ਆ ਹੈਗਾ ਉਹ ਬਹੁਤ ਜ਼ਿਆਦਾ ਨਿਕਲਦਾ ਹੈ ਉਹ ਜ਼ਿਆਦਾ ਨਿਕਲਣ ਕਰਕੇ ਉਹ ਸਾਡੇ ਗਲੇ ਵਿੱਚ ਇੱਥੇ ਫਸ ਜਾਂਦਾ ਹੈ ਉੱਪਰ ਫਿਰ ਡ੍ਰਿਪ ਕਰਦਾ ਹੈ ਟਪਕਾ ਟਪਕਾ ਡ੍ਰਿਪ ਹੈ ਨਾ ਪੋਸਟ ਨੇਜ਼ਲ ਪੋਸਟ ਪਿੱਛੇ ਨੇਜ਼ਲ ਨੱਕ ਡ੍ਰਿਪ ਟੁੱਕਾ ਟੁੱਕਾ ਉਹ ਟੁੱਕਾ ਟੁੱਕਾ ਥੱਲੇ ਗਿਰਦਾ ਹੈ ਗਲੇ ਦੇ ਵਿੱਚ ਸਾਨੂੰ ਮਿਸ਼ਾ ਲੱਗਦਾ ਕਿ ਗਲੇ ਦੇ ਵਿੱਚ ਕੁਝ ਡਿੱਗ ਰਿਹਾ ਹੈ ਉੱਤੇ ਇਕੱਠਾ ਹੋ ਗਿਆ ਅਸੀਂ ਵਾ ਕੀ ਕਰਦੇ ਹਾਂ ਗੱਲ ਕਰਦੇ ਹੋਏ ਗੱਲ ਕਰਦੇ ਹੋਏ ਇਹ ਬੋਲਦੇ ਹੋਏ ਇਹ ਕਰਦੇ ਆ ਬਹੁ ਲੋਕ ਹੀ ਕਰਦੇ ਆ ਤੇ ਉਹਦਾ ਕਾਰਨ ਕਿਸ ਨੂੰ ਨਹੀਂ ਪਤਾ ਜੋ ਲੋਕੀ ਇਹ ਕਰਦੇ ਸੀਗੇ ਉਹ ਕਰੋਨਾ ਡੇਸ ਦੇ ਵਿੱਚ ਬਹੁਤ ਪਰੇਸ਼ਾਨ ਹੋਏ ਉਹਨਾਂ ਨੂੰ ਲੱਗਿਆ ਕਿ ਸਾਡਾ ਕਰੋਨਾ ਇੱਥੇ ਆ ਕੇ ਫਸ ਗਿਆ ਤੇ ਮੈਂ ਬਹੁਤ ਸਮਝਾਉਣ ਦੀ ਕੋਸ਼ਿਸ਼ ਕੀਤੀ ਸੀ ਕਿ ਉਹ ਕਰੋਨਾ ਨਹੀਂ ਹੈ ਭਾਈ ਉਹ ਪੋਸਟ ਹੈ ਜਿਹੜਾ ਡ੍ਰਿਪ ਹੈ ਮੈਂ ਅੱਜ ਵੀਡੀਓ ਬਣਾ ਰਿਹਾ ਕਿ ਉਹ ਹੁੰਡਾ ਕੀ ਹੈ ਹੁੰਦਾ ਇਹ ਹੈ ਕਿ ਜਿਹੜੇ ਗਲੈਂਡ ਜਿਹੜੇ ਇਹਨੂੰ ਸੈਕ੍ਰੀਟ ਕਰਦੇ ਨੇ ਉਹ ਬਹੁਤ ਜ਼ਿਆਦਾ ਸੈਕ੍ਰੀਟ ਹੋਣਾ ਸ਼ੁਰੂ ਹੋ ਜਾਂਦਾ ਹੈ ਉਹ ਜਬਰਦਸਤ ਸੈਕ੍ਰੀਟ ਹੋ ਕੇ ਕਰਕੇ ਉਹ ਉੱਤੇ ਫਸਣਾ ਸ਼ੁਰੂ ਹੋ ਜਾਂਦਾ ਹੈ ਤੇ ਉਹ ਫਸਦਾ ਕਿਉਂ ਹੈ ਉੱਤੇ ਸਾਡਾ ਕਈ ਵਾਰੀ ਨੱਕ ਦੀ ਹੱਡੀ ਟੇਢੀ ਹੁੰਦੀ ਹੈ ਨੱਕ ਤੇ ਜੇ ਡੇੜੀ ਹੁੰਦੀ ਹੈ ਟੇਢੀ ਹੋਏਗੀ ਜਿੱਥੇ ਇੱਕ ਪਾਸੇ ਸਪੇਸ ਜ਼ਿਆਦਾ ਹੋ ਜਾਏਗੀ ਇੱਕ ਪਾਸੇ ਸਪੇਸ ਘੱਟ ਜਾਏਗੀ ਇਸੇ ਕਰਕੇ ਸਪੇਸ ਜ਼ਿਆਦਾ ਹੋ ਜਾਏਗੀ ਹਵਾ ਜ਼ਿਆਦਾ ਜਾਏਗੀ ਉਹ ਖੁਸ਼ਕ ਹੋ ਜਾਏਗਾ ਡਰਾਈ ਹੋ ਜਾਏਗਾ ਜਿਸ ਵਾਸਤੇ ਜਗ੍ਹਾ ਘੱਟ ਜਾਏਗੀ ਉਹ ਪਾਸੇ ਉਹ ਚਿੱਕ ਇਕੱਠੀ ਹੋ ਜਾਏਗੀ ਕੰਜੈਸ਼ਨ ਹੋ ਜਾਏਗੀ ਉਹ ਰਿਸਾਅ ਦਾ ਇਕੱਠਾ ਹੋ ਜਾਏਗਾ ਉਹ ਗਾੜਾ ਰਿਸਾਅ ਬਣ ਜਾਏਗਾ ਪੁਰਾਣਾ ਰਿਸਾਅ ਬਣ ਜਾਏਗਾ ਉਹ ਕੱਜਾ ਨਹੀਂ ਪਾਏਗਾ ਠੀਕ ਹੈ ਬਾਕੀ ਮੈਂ ਅੱਜ ਸਿਰਫ ਪੀ ਐਨ ਟੀ ਦੀ ਗੱਲ ਕਰਨੀ ਹੈ ਸਾਇੰਸ ਦੀ ਬਾਤੋ ਵੀਡੀਓ ਬਣਾਵਾਂਗਾ ਤੇ ਉਹ ਜਿਹੜਾ ਜਦੋਂ ਰਿਸਾਅ ਇਕੱਠਾ ਹੋ ਕੇ ਉਹ ਗਲੇ ਚ ਜਾ ਕੇ ਇਨਾ ਕ ਤਾਲੂ ਤੇ ਨੱਕ ਦੇ ਵਿੱਚ ਵਿਸ਼ਕਾਰ ਇੱਕ ਮਤਲਬ ਕਿ ਇਹ ਜਗ੍ਹਾ ਹੁੰਦੀ ਹੈ ਜਿਹਦੇ ਵਿੱਚ ਮਤਲਬ ਕਿ ਪ੍ਰੋਪਰ ਉਹ ਇੱਕ ਲੈਂਸ ਹੁੰਦੇ ਨੇ ਠੀਕ ਹੈ ਜੀ ਉਹ ਨੂੰ ਮਤਲਬ ਕਿ ਉੱਥੇ ਜਾ ਕੇ ਉਹ ਥੱਲੇ ਉਹ ਹਿਸਾਬ ਲੈ ਕੇ ਮੂੰਹ ਚ ਜਾਂਦਾ ਹੈ ਉੱਥੇ ਇਕੱਠਾ ਹੋ ਜਾਂਦਾ ਹੈ ਇਕੱਠਾ ਹੋਣ ਕਰਕੇ ਜਦ ਅਸੀਂ ਸੌਣੇ ਐ ਕਰਕੇ ਰਾਤ ਨੂੰ ਪਿਓ ਹਿਸਾਬ ਕਰ ਲਈ ਜਿੱਥੇ ਫਸ ਜਾਂਦਾ ਸਾਡੀ ਸਾਹ ਦੀ ਨਲੀ ਤਾਂ ਆ ਵੀਡੀਓ ਦਿਖਾਵਾਂਗਾ ਹੁਣੇ ਮੈਂ ਸਾਡੀ ਸਾਹ ਦੀ ਨਲੀ ਨੂੰ ਉਹ ਰੋਕਦਾ ਤਾਂ ਸਾਹ ਨਹੀਂ ਆਏਗਾ ਬੁੜ ਜਾਵਾਂਗੇ ਸੁੱਤੇ ਸੁੱਤੇ ਫਿਰ ਕਹਿੰਦੇ ਅਸੀਂ ਉਹਨੂੰ ਘੁਰਨਾ ਹੋ ਗਿਆ ਉਹ ਬੇਸਿਕਲੀ ਪੀਐਨਡੀਸੀ ਤੇ ਇਹਨੋਂ ਪਾਪੋਸ ਤੇ ਇਦਾਂ ਡ੍ਰਿਪ ਕਹਿੰਦੇ ਆ ਇਹਦਾ ਮਤਲਬ ਇਹ ਹੋ ਗਿਆ ਕਿ ਨੱਕ ਦੇ ਜਿਹੜੇ ਗਲੈਂਡ ਸਾਡੇ ਫਾਇਦੇ ਵਾਸਤੇ ਬਣੇ ਸੀਗੇ ਉਹ ਜ਼ਿਆਦਾ ਸક્રિયਤ ਕਿਸੇ ਕਿਸੇ ਨੂੰ ਹੁੰਦੇ ਨੇ ਜਿਹੜੇ ਪ੍ਰਾਵਾਂ ਨੂੰ ਹੁੰਦੇ ਨੇ ਉਹਦੀ ਨਿਸ਼ਾਨੀ ਇਹੀ ਹੈ ਕਾਂਚ ਖਾਰਜ ਹੋਏਗੀ ਆਸੇ ਦੁਖੇਗਾ ਨੱਕ ਦੇ ਵਿੱਚ ਵਗੇਗਾ ਬਾਹਰ ਨਹੀਂ ਅੰਦਰ ਗireਗਾ ਬਾਹਰ ਵਗੇ ਦਾ ਚੱਕਰ ਹੀ ਕੋਈ ਨਹੀਂ ਸਾਫ਼ ਕਰ ਲਾਂਗੇ ਉਹ ਅੰਦਰ ਗਿਰਦਾ ਹੈ ਤੇ ਇਹਨੂੰ ਅਸੀਂ ਪੀਐਨਟੀ ਕਹਿੰਦੇ ਆ ਠੀਕ ਹੈ ਜੀ ਹੁਣ ਇਹਦੇ ਵਿੱਚ ਇਹਦਾ ਨੁਕਸਾਨ ਕੀ ਹੈਗਾ ਨੁਕਸਾਨ ਇਹ ਹੈ ਕਿ ਸਾਰਾ ਸਾਰਾ ਧਿਆਨ ਇਸ ਤੇ ਰਹੇਗਾ ਰਾਤ ਨੂੰ ਰੇ ਨੀਂਦ ਖੁੱਲੇਗੀ ਸੋ ਵਾਂਗੇ ਸਾਡੇ ਨਲੀ ਦੇ ਉੱਤੇ ਆ ਕੇ ਉਹ اٹਕ ਜਾਏਗਾ ਸਾਡੇ ਸੁਸਤ ਉਸ ਤੇ ਨਹੀਂ ਖੁੱਲ ਜਾਏਗੀ ਸਮਝ ਲਓ ਕਿ ਆਸਾਨ ਹੀ ਆ ਰਿਹਾ ਵਾਪਸ ਦੇਆ ਸੀਰ ਤੇ ਫਿਰ ਜਾਂਦੇ ਡਾਕਟਰਾਂ ਕੋਲ ਉਹਨੂੰ ਸਮਝ ਨਹੀਂ ਲੱਗਦੀ ਕਿ ਪੰਗਾ ਕੀ ਪਿਆ ਹਸਨ ਸਮਝਾਣਾ ਨਹੀਂ ਆਂਦਾ ਤੇ ਬਾਕੀ ਜਿਹੜਾ ਇਹਨੂੰ 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 ਡ੍ਰਿਪ ਨੂੰ ਅਸੀਂ ਬੋਲਦੇ ਆਯੁਰਵੈਦਿਕ ਵਿੱਚ ਪ੍ਰਤੀਸ਼ਾਇਕ ਪੁਰਾਣਾ ਨਜ਼ਲਾ ਅਸੀਂ ਇਹ ਬੋਲ ਦਿੰਨੇ ਆ ਸਾਈਨੋਸਾਈਟਿਸ ਦੀ ਵੀ ਇੱਕ ਇਹ ਦੀ ਵੈਰਾਈਟੀ ਆ ਉਹ ਬਾਅਦੋਂ ਸਮਝਾਵਾਂਗਾ ਤੁਹਾਨੂੰ ਮੈਂ ਤੇ ਇਹਦਾ ਹੁਣ ਮਤਲਬ ਕਿ ਇਹ ਜਿਹੜੀ ਚੀਜ਼ ਇਕੱਠੀ ਹੋ ਗਈ ਨੁਕਸਾਨ ਹੋ ਗਿਆ ਰਾਤੀ ਦੀਂਦ ਨਹੀਂ ਆਈ ਦਿਨੇ ਸੜਾ ਤੇ ਆ ਉੱਥੇ ਰਹਿ ਗਿਆ ਕਿਉਂਕਿ ਪਿੱਛੇ ਗਰੀ ਜਾਂਦਾ ਗ ਮੰਦਾ ਕਹਿੰਦਾ ਕੀ ਪਤਾ ਨਹੀਂ ਐ ਖੰਗੀ ਜਾਂਦਾ ਖੰਗੂਰਾ ਮਾਰੀ ਜਾਂਦਾ ਸ਼ਾਇਦ ਇਹਨੂੰ ਕਿਤੇ ਖਾਂਸੀ ਆ ਰਹੀ ਹੈ ਇਹਨੂੰ ਕਰੋਨਾ ਨਾ ਹੋ ਗਿਆ ਹੋਵੇ ਅੱਜ ਕੱਲ ਉਹਦੀ ਇਸ ਬਿਮਾਰੀ ਦੀ ਹਵਾ ਬਣ ਗਿਆ ਹੈ ਐਪੀਐਨਡੀ ਨੂੰ ਜਿਹੜੇ ਬੰਦੇ ਹੂ ਹੂ ਐ ਕਰਦੇ ਹੁੰਦੇ ਆ ਮੇਰਾ ਪ੍ਰਾ ਰਣਜੀਤ ਸਿੰਘ ਹੈਗਾ ਸਗਾ ਭਰਾ ਹੈਗਾ ਮੇਰਾ ਤੇ ਉਹਨੂੰ ਵੀ ਇਹ ਪ੍ਰੋਬਲਮ ਹੈਗੀ ਹੈ ਤੇ ਕਹੇ ਰੋ ਤੱਕ ਮੈਡੀਕਲ ਲੈਣੇ ਹੈਗਾ ਤੇ ਉਹ ਆਪਣੇ ਆਪ ਨੂੰ ਸੰਭਾਲ ਲੇਗਾ ਉਹਨੂੰ ਪਤਾ ਹੈ ਇੱਕ ਹੀ ਚੀਜ਼ ਹੁੰਦੀ ਹੈ ਬਿਮਾਰੀ ਕੋਈ ਨਹੀਂ ਹੈਗੀ ਹੈ ਇਹਦੇ ਛੋਟੇ ਛੋਟੇ ਦਾ ਫਸਟੇ ਟਰੀਟਮੈਂਟ ਘਰ ਦੇ ਘਰੇਲੂ ਨੁਸਖਿਆਂ ਨਾਲ ਠੀਕ ਹੋ ਜਾਵੇਗਾ ਜਦ ਤੱਕ ਇਹਦੇ ਵਿੱਚ ਇਨਫੈਕਸ਼ਨ ਨਾ ਹੋ ਜਾਵੇ ਜਾਂ ਤੇ ਇਹਦੇ ਕੋਈ ਵਾਇਰਸ ਨਾ ਆ ਜਾਵੇ ਤਦ ਤੱਕ ਕੋਈ ਲੋੜ ਨਹੀਂ ਹੈਗੀ ਹੁਣ ਇਹ ਰਿਸਾਬ ਜ਼ਿਆਦਾ ਹੋ ਜਾਏ ਇਥੇ ਢਿੱਡ ਚ ਜਾਏਗਾ ਜ਼ਿਆਦਾ ਰਿਸਾਬ ਢਿੱਡ ਚ ਜਾਏਗਾ ਉਹ ਵੀ ਸਿਹਤ ਵਾਸਤੇ ਵੀ ਹਾਨੀਕਾਰਕ ਹੈ ਤੇ ਬਾਕੀ ਜਿਹੜਾ ਇਹ ਰਿਸਾਬ ਨੂੰ ਰੋਕਣ ਵਾਸਤੇ ਇਹਦਾ ਹੁਣ ਡਾਈਟ ਪਲਾਨ ਕੀ ਹੈ ਠੀਕ ਹੈ ਇਹਦੇ ਐਂਟੀਬਾਇਓਟਿਕ ਕੰਮ ਨਹੀਂ ਕਰਦੇ ਐਂਟੀਬਾਇਓਟਿਕ ਤਾਂ ਕੰਮ ਕਰਦੇ ਆ ਕੋਈ ਬੈਕਟੀਰੀਆ ਆਵੇ ਹੈਨਾ ਐਂਟੀਬਾਇਓਟਿਕ ਹੈ ਨਾ ਬੈਕਟੀਰੀਆ ਮਾਰੇਗਾ ਤੇ ਇਹਦਾ ਹੁਣ ਉਪਚਾਰ ਕੀ ਹੈਗਾ ਇਹਦਾ ਉਪਚਾਰ ਇਹ ਹੈ ਨੰਬਰ 1 ਕੀ ਤੁਸੀਂ ਐਕਸਰਸਾਈਜ਼ ਕਰਨੀ ਹੈ ਨਾ ਤੁਹਾਨੂੰ ਸਮਝਾਵਾਂਗਾ ਕਿਹੜੀ ਕਰਨੀ ਹੈ ਡਾਈਟ ਪਲਾਨ ਪ੍ਰੋਪਰ ਲੋ ਉਹ ਵੀ ਤੁਹਾਨੂੰ ਸਮਝਾਵਾਂਗਾ ਤੇ ਪ੍ਰੋਪਰ ਜਿਹੜੇ ਕਰਦੇ ਜਿਹੜੇ ਚੀਜ਼ਾਂ ਹੈਗੀਆਂ ਉਹ ਤੁਸੀਂ ਖਾਣੀਆਂ ਹੈਗੀਆਂ ਜਿਸ ਨਾਲ ਇਹ ਨਜ਼ਲਾ ਨਾ ਬਣੇ ਨਜ਼ਲਾ ਬੇਸਿਕਲੀ ਗੈਸ ਦੇ ਨਾਲ ਇੱਕ ਕਨੈਕਸ਼ਨ ਹੈਗਾ ਜਿਨ੍ਹਾਂ ਨੂੰ ਗੈਸ ਚਾਬਾ ਬੰਦੀ ਹੈ ਪੇਟ ਦੇ ਵਿੱਚ ਉਹਨਾਂ ਨੂੰ ਨਜ਼ਲਾ ਜ਼ਿਆਦਾ ਹੁੰਦਾ ਹੈ ਐਯੁਰਵੇਦਿਕ ਦੇ ਵਿੱਚ ਲਿੰਕ ਹੈਗਾ ਪੇਟ ਦਾ ਤੇ ਉਹਦਾ ਐਲੋਪੈਥੀ ਵਾਲੇ ਵੀ ਮੰਨਦੇ ਆ ਕਿ ਗੈਸ ਦੇ ਨਾਲ ਜਿਹੜੀ ਰਿਡਕਸ਼ਨ ਆਫ ਗੈਸ ਹੁੰਦੀ ਹੈ ਉਹ ਨਾਲੇ ਡ੍ਰਿਪ ਹੁੰਦਾ ਤੇ ਹੁਣ ਅਸੀਂ ਕਰਨਾ ਕੀ ਹੈ ਸਭ ਤੋਂ ਪਹਿਲੇ ਡਾਈਟ ਕੀ ਲੈਣੀ ਹੈ ਡਾਈਟ ਦੇ ਵਿੱਚ ਅਸੀਂ ਬਿਲਕੁਲ ਇਕਦਾ ਪਾਣੀ ਗਰਮ ਪੀਣਾ ਠੀਕ ਹੈ ਠੰਡਾ ਪਾਣੀ ਨਹੀਂ ਪੀਣਾ ਇੱਕ ਚੀਜ਼ ਹੋ ਰਿਹਾ ਹੈ ਇਹ ਬੰਦਿਆਂ ਨੂੰ ਜਿੰਨੂੰ ਹੈਗੀ ਹੈ ਜਦ ਵੀ ਠੰਡ ਆਂਦੀ ਹੈ ਜਿਹੜੀ ਬਾਹਰ ਦੀ ਠੰਡੀ ਖੁਸ਼ਕ ਹਵਾ ਬਾਹਰ ਦੀ ਠੰਡੀ ਖੁਸ਼ਕ ਹਵਾ ਸਾਡੇ ਨੱਕ ਵਿੱਚ ਜਾਂਦੀ ਹੈ ਉੱਥੇ ਜਾ ਕੇ ਉਹ ਹਿਮਿਡਿਫਾਈ ਹੋ ਜਾਂਦੀ ਹੈ ਉੱਥੇ ਜਾ ਕੇ ਉਹ ਓਸ ਵਾਂਗੂ ਜੰਮ ਜਾਂਦੀ ਹੈ ਉਹ ਮਿਊਕਸ ਜ਼ਿਆਦਾ ਨਿਕਲਦਾ ਹੈ ਠੰਡ ਵਿੱਚ ਤਾਂ ਹੀ ਜ਼ੁਕਾਮ ਹੁੰਦਾ ਹੈ ਠੰਡ ਸਾਰਾ ਕਜੈਕਸ਼ਨ ਤਾਂ ਹੀ ਹੁੰਦਾ ਹੈ ਠੀਕ ਹੈ ਬਾਹਰ ਹਵਾ ਠੰਡੀ ਹੈ ਪਰ ਉਹਦੇ 'ਚ ਨਮੀ ਘੱਟ ਡਰਾਈ ਹੈ ਖੁਸ਼ਕ ਖੁਸ਼ਕ ਠੰਡ ਦੇ ਵਿੱਚ ਜ਼ੁਕਾਮ ਜ਼ਿਆਦਾ ਹੁੰਦਾ ਹੈ ਅਮੇਸ਼ਾ ਤੇ ਹੁਣ ਇਹਦੇ ਵਿੱਚ ਆਪਾਂ ਜਿਹੜੀ ਚੀਜ਼ਾਂ ਕਰਨੀਆਂ ਨੇ ਉਹਦੇ ਵਿੱਚ ਜਿਹੜਾ ਹੈਗਾ ਕਿ ਆਪਾਂ ਜਦ ਸੋਣਾ ਰਾਤ ਨੂੰ ਆਪਾਂ ਐ ਸੋਣਾ ਸਿਰ ਉੱਪਰ ਤੰਗ ਤੇ ਥੱਲੇ ਥੋੜਾ ਉੱਪਰ ਰੱਖਣਾ ਹੈ ਤਾਂ ਕਿ ਉਹ ਡ੍ਰਿਪ ਅੰਦਰ ਵੜਦਾ ਰਹੇ ਠੀਕ ਹੈ ਖਾਣੇ ਦੇ ਵਿੱਚ ਅਸੀਂ ਹਲਦੀ ਐਂਟੀ ਇਨਫਲੇਮੇਟਰੀ ਵੀ ਹੈਗੀ ਹੈ ਤੇ ਐਂਟੀਬਾਇਓਟਿਕ ਵੀ ਹੈਗੀ ਹੈ ਹਨੀ ਸ਼ਹਿਦ ਬਹੁਤ ਸੋਹਣੀ ਚੀਜ਼ ਹੈਗੀ ਹੈ ਇੱਕ ਐਪਲ ਸਾਈਡਰ ਵਿਨੇਗਰ ਉਹਦਾ ਵੀ ਰੋਲ ਅੱਛਾ ਮੰਨੇ ਜਾਂਦਾ ਐ ਐਸਟਿਕ ਐਸਿਡ ਜਿਹੜਾ ਹੁੰਦਾ ਨਾ ਬੇਸਿਕਲੀ ਇਹ ਐਪਲ ਸਾਈਡਰ ਵਨ ਲੈ ਕੇ ਐਸਟਿਕ ਐਸਿਡ ਆਇਆ ਸਾਡੀ ਬੋਡੀ ਵਿੱਚ ਵੀ ਐਸਟਿਕ ਐਸਿਡ ਹੁੰਦਾ ਹੈ ਸਾਡੀ ਬੋਡੀ ਵਿੱਚ ਵੀ ਫਰਮੈਂਟੇਸ਼ਨ ਹੁੰਦੀ ਹੈ ਸਾਡੇ ਬੋਡੀ ਦੇ ਵਿੱਚ ਵੀ ਇਹ ਜਿਹੜਾ ਖਾਣਾ ਖਾਂਦੇ ਆ ਉਤੋਂ ਦੀ ਉਹ ਖਾਣਾ ਜਦ ਤੱਕ ਪਚਦਾ ਹੈ ਗਲਦਾ ਹੈ ਉਹ ਐਸਟਿਕ ਐਸਿਡ ਬਣਦਾ ਹੈ ਜੋ ਸਾਨੂੰ ਰੋਗ ਪ੍ਰਤੀਰੋਗ ਸ਼ਮਤਾ ਵਧਾਉਂਦਾ ਹੈ ਠੀਕ ਹੈ ਐਸਟਿਕ ਐਸਿਡ ਇਜ਼ ਗੁੱਡ ਇਹਦੇ ਵਿੱਚ ਆਪਾਂ ਐਪਲ ਸਾਈਡਰ ਵਿਨੇਗਰ ਇੱਕ ਚਮਚਾ ਸੀ ਇੱਕ ਗਲਾਸ ਪਾਣੀ ਪਾ ਕੇ ਪੀ ਸਕਦੇ ਆ ਤੇ ਹਣੀ ਵੀ ਸਕਦੇ ਆ ਤੇ ਇਹ ਆਮਲਾ ਵੀ ਆਪਾਂ ਲੈ ਸਕਦੇ ਆ ਤੇ ਹੋ ਇਹਦੇ ਵਿੱਚ ਕੀ ਕਰਨਾ ਹੈ ਕਿ ਜੇ ਆਪਾਂ ਸੋਣਾ ਇੱਥੇ ਢੋ ਕੇ ਸੋਣਾ ਹੈ ਤੇ ਹੋਰ ਇਹਦੀ ਐਕਸਰਸਾਈਜ਼ ਹੈਗੀ ਹੈ ਇੱਕ ਜਿਹੜੀ ਉਹ ਆਪਾਂ ਰਾਤ ਨੂੰ ਰਾਤ ਨੂੰ ਜਿਹੜੀ ਐਕਸਰਸਾਈਜ਼ ਕਰਨੀ ਹੈ ਉਹਦੇ ਵਿੱਚ ਕੀ ਰਾਤ ਨੂੰ ਯਾਰਲੀ ਮਾਰਨਿੰਗ ਨੱਕ ਦੀ ਮ사ਜ ਕਰਨੀ ਹੈ ਇੱਥੇ ਆ ਨੱਕ ਦਾ ਨਮਾਸਦਰਾ ਵਧਿਆ ਹੁੰਦਾ ਹੈ ਨੀਜ਼ਲ ਤੁਹਾਨੂੰ ਵੀਡੀਓ ਦਿਖਾਣਾ ਹੈ ਨੱਕ ਦਾ ਮਾਸ ਵਧਿਆ ਹੁੰਦਾ ਹੈ ਉਸ ਕਰਕੇ ਵੀ ਹਵਾ ਪਾਪਰ ਜਾਂਦੀ ਨਹੀਂ ਅੰਦਰ ਤੇ ਤੁਹਾਨੂੰ ਇਨਫਲੇਮੇਸ਼ਨ ਹੋ ਜਾਂਦੀ ਹੈ ਨੱਕ ਦੀ ਇਸ ਤਰ੍ਹਾਂ ਰਗੜਨਾ ਹੈ 5-6 ਵਾਰ ਇੱਧਰ 5-6 ਵਾਰ ਇੱਧਰ ਤੇ ਇੱਥੇ ਨੱਕ ਦਾ ਖਤਰਾ ਕੇ 5 ਵਾਰੀ ਬਲੋ ਇੱਧਰ ਕਰਨਾ ਹੈ ਪੰਨੇ ਦੇ ਲੋ ਇੱਧਰ ਕਰਨਾ ਹੈ ਉਸ ਤੋਂ ਬਾਅਦ ਆਪਾਂ ਖੰਗੂਰਾ ਪਾ ਕੇ ਕਰਕੇ ਜਿੰਨਾ ਨਿਕਲਦੀ ਹੈ ਬਲਗਮ ਜਾਂ ਜਿੰਨਾ ਨਿਕਲਦੀ ਹੈ ਲੇਸ ਕਰ ਦੋ ਪਾਰ ਇੱਕ ਤਰ੍ਹਾਂ ਇਹ ਕੰਮ ਕਰਨਾ ਹੈ ਨੰਬਰ 2 ਅਸੀਂ ਕੀ ਕਰਨਾ ਹੈ ਅਸੀਂ ਤੇਲ ਇਹਨੂੰ ਬੋਲਦੇ ਆਪਾਂ ਆਇਲ ਪੁੱਲਿੰਗ ਠੀਕ ਹੈ ਆਇਲ ਪੁੱਲਿੰਗ ਬੋਲਦੇ ਆਂ ਇੰਗਲਿਸ਼ ਦੇ ਵਿੱਚ ਬਾਕੀ ਇਹਨੂੰ ਆਪਾਂ ਪੰਜਾਬੀ ਵਿੱਚ ਆਪਾਂ ਬੋਲਦੇ ਆਂ ਚੂਲਾ ਕਰਨਾ ਚੂਲਾ ਪਾਣੀ ਦਾ ਨਹੀਂ ਭਾਜੀ ਘਰਾਰੇ ਦਾ ਪਾਣੀ ਦਾ ਕਰ ਰਹੇ ਆਂ ਚੂਲਾ ਕਰਨਾ ਆਪਾਂ ਕਿਸੇ ਤੇਲ ਦੇ ਨਾਲ ਤੇਲ ਕਰਾਉਣਾ ਚਾਹੀਦਾ ਹੈ 올ਿਵ ਆਇਲ ਥਰੋ 올ਿਵ ਆਇਲ ਮੈਂ ਅੰਗਰੇਜ਼ੀ ਬੋਲਾਂਗਾ ਜ਼ਿਆਦਾ ਤੁਸੀਂ ਆਪਣੇ ਜਿਹੀ ਤਰੀਕੇ ਤੇ ਆ ਜਾਓ ਕੋਕੋਨਟ ਆਇਲ ਕੋਕੋਨਟ ਆਇਲ ਐਕਸਟਰਾ ਵਰਜਨ ਹੈ ਨਾ ਇਹ ਜਿਹੜਾ ਖਾਣ ਵਾਸਤੇ ਲੱਗ ਹੁੰਦਾ ਹੈ ਤੁਹਾਨੂੰ ਮਾਰਕੀਟ ਵਿੱਚ ਮਿਲ ਜਾਂਦਾ ਹੈ ਜਿਹਨਾਂ ਲੋਕਾਂ ਨੂੰ ਤਕਲੀਫ ਹੈਗੀ ਆ ਉਹ ਖਰੀਦ ਲੈਣ ਤੇ ਇਹਦਾ 20 ਕਿ 15 ਤੋਂ 20 ml ਲੈ ਕੇ ਮੂੰਚ ਰੱਖ ਕੇ ਇਹਨੂੰ ਐ ਕਰਨਾ ਬੈਠੇ ਬੈਠੇ ਤੇ ਇਹਨੂੰ ਘੱਟੋ ਘੱਟ 15 ਮਿੰਟ ਕਰਨਾ ਹੈ ਬੈ ਕੇ ਕਰਨਾ ਹੈ 15 ਮਿੰਟ ਰੱਖਣਾ ਹੈ ਸਾਡੇ ਮੂੰਹ ਦੇ ਵਿੱਚ ਪੂਰਾ ਤੇਲ ਤੇਲ ਹੋ ਜਾਏ ਸਾਡੇ ਮੂੰਹ ਚ ਪੂਰਾ ਤੇਲ ਹੋ ਜਾਏ ਇਹਦੇ ਵਿੱਚ ਸਾਇੰਸ ਹੈਗੀ ਹੈ ਕਿ ਇਹ ਜਿਹੜਾ ਜਿਹੜਾ ਰਿਸਾਬ ਹੁੰਦਾ ਹੈ ਇਹ ਘਟਾਂਦਾ ਹੈ ਆਇਲ ਪੁੱਲਿੰਗ ਕਹਿੰਦੇ ਆ ਨੈਟ ਚੈੱਕ ਕਰ ਲੈਣਾ ਆਇਲ ਪੁੱਲਿੰਗ ਤੇ PU ਦ PU डबल आई एन जी ਐਰਪੂਲਿੰਗ ਕਹਿੰਦੇ ਆ ਤੇ ਆਪਾਂ ਕੀ ਇਹਨੂੰ ਆਪਾਂ ਕਵਲ ਕਹਿ ਦਿੰਦੇ ਆ ਹਿੰਦੀ ਦੇ ਵਿੱਚ ਕਵਲ ਐਰ ਵਿੱਚ ਕਵਲ ਕਹਿ ਦਿੰਦੇ ਆ ਗੰਡੂਸ਼ ਕਹਿ ਦਿੰਦੇ ਆ ਇਹ ਆਪਾਂ ਤੇਲ ਦੇ ਨਾਲ ਕਰਨਾ ਹੈ ਸਨੇਹ ਦੇ ਨਾਲ ਕਰਨਾ ਹੈ ਇਹ ਕੇ ਹੋ ਗਿਆ ਇੱਕ ਨੱਕ ਤੇ ਵਿੱਚ ਅਸੀਂ ਤੇਲ ਲਾ ਕੇ ਰੱਖਣਾ ਹੈ ਟਰਾਈ ਨਹੀਂ ਹੋਣ ਦੇਣਾ ਠੀਕ ਹੈ ਨੱਕ ਨੂੰ ਟਰਾਈ ਨਹੀਂ ਹੋਣ ਦੇਣਾ ਤੇਲ ਲਾ ਕੇ ਰੱਖਣਾ ਤੇ ਨੰਬਰ 2 ਜਲਨੇਤੀ ਯੋਗਾ ਵਾਲੇ ਕਰ ਸਕਦੇ ਆ ਜਲਨੇਤੀ ਕਰ ਸਕਦੇ ਆ ਜਿਹੜੇ ਬੰਦੇ ਬਹੁਤ ਪਰੇਸ਼ਾਨ ਹੈ ਮੈਨੂੰ ਕਮੈਂਟ ਵਿੱਚ ਇਨਬਾਕਸ ਕਰਨ ਮੈਂ ਤੁਹਾਨੂੰ ਜਵਾਬ ਦੇ ਦਾਂਗਾ ਬਾਕੀ ਮੇਰੇ ਪੇਜ ਨਾਲ ਜੁੜੋ ਤੁਸੀਂ ਤੇ ਮੇਰੇ ਫੇਸਬੁਕ ਪੇਜ ਦੇ ਵਿੱਚ ਮੇਰੀ ਆਹ ਹੀ ਰੈਸ ਹੈ ਹਾਈ ਕਮੀ ਚ ਪਈ ਹੋਈ ਹੈ ਤੇ ਤੁਸੀਂ ਉਹ ਜੁੜੋ ਕਿਉਂਕਿ ਮੇਰਾ ਫੇਸਬੁਕ ਜਿਹੜਾ ਹੈਗਾ ਉਹ 5000 ਪੂਰਾ ਪਰ ਚੁੱਕਿਆ ਹੈ ਤੇ ਉਹ ਜੋੜ ਨਹੀਂ ਸਕਦੇ ਫੇਸਬੁਕ ਪੇਜ 'ਤੇ ਹੋਰ ਜੁੜ ਸਕਦੇ ਨੇ ਤੇ ਮੈਨੂੰ ਪੂਰੀ ਉਮੀਦ ਹੈ ਤੁਹਾਨੂੰ ਕੋ ਸਮਝ ਆਈ ਹੋਗੀ ਪੂਰੀ ਗੱਲ ਬਾਕੀ ਇਹਦੇ ਵਿੱਚ ਤੁਹਾਨੂੰ ਮੈਂ ਦੁਬਾਰਾ ਦੱਸ ਦਿੰਦਾ ਕਿ ਐਪਲ ਸਾਈਡਰ ਵਿਨੇਗਰ ਅੱਛਾ ਹੈ ਹਲਦੀ ਅੱਛੀ ਹੈ ਇਹਦੇ ਵਿੱਚ ਅੱਛੀ ਹੋਰ ਜਿਹੜੀ ਚ ਸਮੈਲ ਜ਼ਿਆਦਾ ਆਉਂਦੀ ਹੈ ਨਾ ਪੰਜੈਂਟ ਪੰਜੈਂਟ ਸਮੈਲ ਹੁੰਦੀ ਹੈ ਜਿਹੜੀ ਹੋ ਗਈ ਹੈ ਲਸਣ ਦੇ ਵਿੱਚ ਇੱਕ ਹੁੰਦੀ ਹੈ ਹਿੰਗ ਦੇ ਵਿੱਚ ਠੀਕ ਹੈ ਇੱਕ ਹੁੰਦੀ ਹੈ ਅਦਰਕ ਦੇ ਵਿੱਚ ਇਹ ਸਭ ਚੀਜ਼ਾਂ ਇਹਦੇ ਵਾਸਤੇ ਬਹੁਤ ਅੱਛੀਆਂ ਨੇ ਤੇ ਇੱਕ ਚਿਤ੍ਰਕ ਹੁੰਦੀ ਹੈ ਚਿਤ੍ਰਖ ਰਿਤ ਕੀ ਚਿਤ੍ਰਕ ਬਹੁਤ ਅੱਛੀ ਆਯੁਰਵੈਦਿਕ ਦੇ ਵਿੱਚ ਚਿਤ੍ਰਖ ਰਿਤ ਕੀ ਆਵਲੇ ਚਿਤ੍ਰਖ ਰਿਤ ਕੀ ਆਵਲੇ ਇਹ ਕਿਸੇ ਵੀ ਆਯੁਰਵੈਦਿਕ ਸ਼ੋਪ ਤੋਂ ਮਿਲ ਜਾਏਗੀ ਇਹਦੀ ਰੈਮਡੀ ਸਿਰਫ ਆਯੁਰਵੈਦਿਕ ਦੇ ਵਿੱਚ ਇਹਦੀ ਪੋਸਟ ਨੈਚਰ ਡ੍ਰਿਪ ਦੀ ਜਿਹੜੀ ਹੈਗੀ ਆ ਉਹ ਆਯੁਰਵੈਦਿਕ ਦੇ ਵਿੱਚ ਹੀ ਮੰਨੀ ਜਾਂਦੀ ਹੈ ਤੇ ਜੇ ਇਸੀ ਨੁਸਕੇ ਨਾਲ ਹੀ ਠੀਕ ਹੁੰਦਾ ਹੈ ਬਿਮਾਰੀ ਕੋਈ ਹੈ ਨਹੀਂ ਜਦ ਤੱਕ ਇਹਦੀ ਕੋਈ ਇਨਫੈਕਸ਼ਨ ਨਾ ਹੋ ਜਾਏ ਸੁੰਦੋਗ ਗਾਇਡ ਕਰਨੇ ਵਾਲੋ ਸੁੰਦੋਗ ਕਲੈਂਕਿੰਗ ਵਾਲੋ ਅੱਛਾ ਇੱਕ ਵੀਡੀਓ ਇੱਕ ਵੀਡੀਓ ਵੀਡੀਓ ਮੈਂ ਹਮੇਸ਼ਾ ਪੁੱਛਦਾ ਹਾਂ ਹਾਂ ਦੇਖੋ ਤੁਹਮ ਦਿਖਾਣਾ ਆ ਦੇਖੋ ਨੱਕ ਹੈ ਵੀਡੀਓ ਕਲੋਸ ਕਰੋ ਇਹ ਨੱਕ ਦੇ ਵਿੱਚ ਜਾ ਰਹੇ ਆ ਅਸੀਂ ਆ ਪ੍ਰੋ ਪਾਈਪ ਇਹ ਨੱਕ ਦੇ ਵਿੱਚ ਕਿਹੜਾ ਲੱਗਾ ਹੋਇਆ ਆ ਉਹਦੇ ਵਿੱਚ ਇਹ ਅੰਦਰ ਜਾ ਰਹੇ ਆ ਅਸੀਂ ਨੱਕ ਦੇ ਵਿੱਚ ਤੇ ਇਹ ਸਾਈਡ ਤੇ ਆ ਦੇਖੋ ਨੱਕ ਉਪ ਮਾਸ ਵਧਿਆ ਹੋਇਆ ਤੁਸੀਂ ਟੋਰਸ ਮਾਰ ਕੇ ਨੱਕ ਨੂੰ ਦੇਖ ਸਕਦੇ ਹੋ ਇਹ ਬਾਹਰ ਆ ਗਏ ਅਸੀਂ ਹੁਣ ਆਪਾਂ ਦੂਜੇ ਨੱਕ ਤੇ ਜਾਂਦੇ ਆ ਇਹਦੇ ਵਿੱਚ ਦੇਖੋ ਤੁਸੀਂ ਸਾਈਡ ਤੇ ਮਾਸ ਬੜਿਆ ਹੋਇਆ ਹੈ ਇਨਫਲੇਮੇਸ਼ਨ ਹੈਗੀ ਹੈ ਇਹ ਸਾਲਿੰਦੇ ਪ੍ਰੋਬਲਮ ਆਏਗੀ ਇਹਨੂੰ ਤੇ ਇਹਦੇ ਵਿੱਚ ਵੀ ਐਕਸਟ੍ਰਾ ਸਕ੍ਰੀਸ਼ਨ ਹੈਗੀ ਹੈ ਸੋਜੀਸ਼ ਹੈਗੀ ਹੈ ਦੇਖੋ ਇਹ ਨੀਜ਼ਲ ਗਲੈਂਡ ਨੇ ਆਹ ਦੇਖੋ ਰੇਸ਼ਾ ਬਣ ਰਿਹਾ ਇੱਥੇ ਇਹ ਸਟਕ ਕਰਦੇ ਨੇ ਤੁਹਾਡੇ ਬੈਕਟੀਰੀਆ ਤੇ ਇਹਦੇ ਫੰਗਸ ਨੂੰ ਜਾਂ ਵਾਇਰਸ ਨੂੰ ਤੇ ਆਣਾ ਦੇਖੋ ਵੀਡੀਓ ਇਹ ਕੈਮਰੇ ਦੇ ਨਾਲ ਨੀਜ਼ੋ ਆਪਣਾ ਕੈਥੀਟਰ ਨਾਲ ਬਣਾਈ ਹੋਈ ਹੈ ਆਹ ਦੇਖੋ ਲੇਸ ਨਿਕਲ ਰਹੀ ਹੈ ਇੱਥੋਂ ਦੀ ਹੁਣ ਆਪਾਂ देखो तुम ध्यान नक के अंदर का हिस्सा है साढ़े नाल ही सइनस होंगे फरंटल तो मैगजिम आ देखो ये आ देखो आखो देखो। आह सइनस है बलगम कटी हुई हुई है आ बलगम है आ बलगम ये गिर है थले आरती थले है पिछुद की कट्ठी हुई हुई है हूँ आपने मूँह के देखो आ गए आप अजीब हैगी अपना का बोलते हैं आ थले देखो आ विंड पाइप है, है आ फेरिंग्स लैरिंगस आ गए ਆ ਵੈਂਡ ਪਾਈਪ ਹੈ ਫੂਡ ਪਾਈਪ ਹੈ ਸੌਰੀ ਆ ਦੇਖੋ ਆ ਵਿਚਕਾਰ ਆ ਵੋਕਲ ਕੋਰ ਬੋਲਦੇ ਨਾ ਆਪਾਂ ਜਿੱਥੋਂ ਦੀ ਆ ਵੋਕਲ ਕੋਰ ਆ ਦੇਖੋ ਖੁੱਲੀ ਨਾ ਇਹ ਵੋਕਲ ਕੋਰ ਹੈ ਜੇ ਆਪਾਂ ਸਾ ਲਨੇ ਇੱਥੋਂ ਜਿਹੜੀ ਆਵਾਜ਼ ਨਿਕਲਦੀ ਆ ਵੋਕਲ ਕੋਰ ਆ ਦੇਖੋ ਤੇ ਆ ਤੁਹਾਨੂੰ ਵੀਡੀਓ ਦਿਖਾਈ ਹੈ ਮੈਂ ਕਿ ਇਹ ਗਲੇ ਦਾ ਇਸ ਤਰ੍ਹਾਂ ਹੈਗਾ ਇਹ ਉੱਥੋਂ ਦੀ ਜਾ ਕੇ ਉਹ गिरਦੀ ਹੈ ਇਹ ਉੱਥੋਂ ਦੀ ਜਾ ਕੇ ਇਹ ਥੱਲੇ गिरਦੀ ਤੇ ਇਹ ਚੀਜ਼ਾਂ ਹੁੰਦੀਆਂ ਨੇ ਤੁਹਾਨੂੰ ਹੋਪ ਹੈ ਤੁਹਾਨੂੰ ਪੂਰੀ ਗੱਲ ਸਮਝ ਆਈ ਹੋਏਗੀ ਮੈਂ ਦੁਬਾਰਾ ਕੋ ਵੀਡੀਓ ਬਣਾਵਾਂਗਾ ਅਗਲੀ ਕੋਈ ਕੁਝ ਸਪੈਕਟ ਮਿਲੇਗਾ ਤਾਂ ਸਤਿ ਸ੍ਰੀ ਅਕਾਲ ਧੰਨਵਾਦ ਸਤਿ ਸ੍ਰੀ ਅਕਾਲ